उसके अंदर मैना सुंदरी का पहुंचना हुआ और मैना सुंदरी ने ओली तपस्या की जो आराधना की श्रीपाल से मिलकर के, तो नौ दिन की आयु मिल का इससे बड़ा और क्या चमत्कार होना चाहिए कि 500 के 500 जो कोड़ी थे उनका कोड़ बिल्कुल शांत हो गया, वो बीमारी जड़ से कट गई, वो जो कोड़ जैसी बीमारी के अंदर उनको राहत मिला, जो अपरंपार वेदना से तड़पते थे उनका जय शरीर जय पीप से भरा रहता था, घाव बने हुए थे, मक्खियां भिनभिनाती थीं, लोग देखना पसंद नहीं करते थे, ऐसी हालात कोई भी उनके साथ अपना रिश्ता जोड़ना या अपना कहना पसंद नहीं करता था, ऐसे 500 कोड़ियों को ऐसा प्रसाद दिया, ऐसी शक्ति दी, वो सारे के सारे कोड़ जैसी बीमारी से मुक्त हो गए। यह आयमिल ओली तपस्या का प्रत्यक्ष प्रभाव है। और भी बहुत सी ऐसी घटनाएं हमारे इतिहास के अंदर भरी हुई हैं, तो ऐसे आयमिल ओली तपस्या का भव्य आयोजन पर्व दिन इन पर्वों के अंदर चल रहा है। और आयमिल ओली की जानकारी भी जरूर रखनी चाहिए, मैना सुंदरी की जो कथा है खुद याद भी करना चाहिए, बच्चों को बतलाना भी चाहिए, जिससे उन लोगों को भी पता लगे। इन्हीं मंगल कामनाओं के साथ, सद्भावनाओं के साथ बड़े प्रेम से आप लोग बोलेंगे, मिलता है आनंद प्रभु की वाणी से, मिलता है आनंद प्रभु, प्रवर्तक शांति गुरुवर प्यारे, प्रवर्तक शांति गुरुवर, जीवन नैया के रखवारे, जीवन नैया के रख, जोड़ गए संबंध प्रभु की वाणी से, जोड़ गए संबंध प्रभु की वाणी से, मिलता है आनंद प्रभु की वाणी से, मिलता है आनंद प्रभु। आज का एकासना व्यासना कोई भी पचखान मन धारण के अनुसार हो, उनका पचखान एकासन व्यासन का पचखान तस्वंते। आज के आयमिल का प्रत्याख्यान, आज का आयमिल, आज के उपवास का प्रत्याख्यान, अगर किसी का उपवास हो। अब संघ की तरफ से सूचनाएं हैं और सूचनाओं के बाद मंगल पाठ होगा। फिर मुजफ्फरनगर से हमारे गणमान्य भाई बहन संघ के रूप में यहाँ पर आए हुए हैं, जो हमेशा समय समय पर गुरु दरबार के अंदर आते हैं और लाभ लेते हैं। पहले भी कई बार आ चुके हैं, आज भी जो मुजफ्फरनगर से हमारे श्रावक श्राविकाएं भाई बहन आए हुए हैं, उनको बहुत बहुत मंगल कामनाएं, बहुत बहुत सद्भावनाएं, संघ की तरफ से सूचनाएं।
ਸਮ ਜਗਵਟੀ ਮਹਿਜਿਓ ਸੰਤੀ ਸੰਤੀ ਕਰੇ ਲੋਏ ਪੱਤੂ ਗਈ ਮਨੁੱਤਰਮ। ਮੁਜ਼ੱਫਰਨਗਰ ਸ਼ਹਿਰ ਕੀ ਸੰਘ ਕੀ ਤਰਫ ਸੇ ਆਰਾਧ ਗੁਰੂਦੇਵ ਕੇ ਚਰਣੋਂ ਮੇਂ ਅਗਲੇ ਵਰਸ ਕੇ ਲੀਏ ਕੋਈ ਨਾ ਕੋਈ ਚਤੁਰਮਾਸ ਪ੍ਰਦਾਨ ਕਰਨੇ ਕੀ ਪ੍ਰਾਰਥਨਾ ਕੀ ਗਈ ਹੈ। ਮੁਜ਼ੱਫਰਨਗਰ ਕਾ ਸੰਘ ਇਨਕਾ ਹਮਾਰੀ ਦੀਕਸ਼ਾ ਸੇ ਪਹਿਲੇ ਹੀ ਸੇ ਹਮਾਰੇ ਸਾਥ ਸੰਪਰਕ ਹੈ ਔਰ ਆਰਾਧ ਗੁਰੂਦੇਵ ਕੀ ਤੋ ਅਪਰੰਪਾਰ ਕਿਰਪਾ ਰਹੀ ਹੈ ਔਰ ਇਸ ਸਮੇਂ ਉੱਤਰ ਭਾਰਤ ਕੇ ਜੋ ਪ੍ਰਵਰਤਕ ਸ਼ਿਖਰ ਪੁਰਸ਼ ਹੈ ਉਨਕੀ ਦੀਕਸ਼ਾ ਵੀ ਮੁਜ਼ੱਫਰਨਗਰ ਕੇ ਅੰਦਰ ਹੀ ਸੰਪੰਨ ਹੋਈ ਹੈ ਔਰ ਮੁਜ਼ੱਫਰਨਗਰ ਕੇ ਜਿਤਨੇ ਵੀ ਭਾਈ ਬਹਿਨ ਹੈ ਉਹ ਹਮਾਰੇ ਸਾਥ ਵੈਸਾ ਹੀ ਜਿਹੇ ਸੰਬੰਧ ਰੱਖਤੇ ਹੈ ਜੈਸੇ ਆਪਣੇ ਘਰ ਕੇ ਪਰਿਵਾਰ ਕੇ ਮੈਂਬਰ ਹੋਤੇ ਹੈ ਔਰ ਕਰੀਬਨ ਕਰੀਬਨ ਇਹ ਹਰ ਸਾਲ ਗੁਰੂਦੇਵ ਕੇ ਚਰਣੋਂ ਮੇਂ ਆਤੇ ਹੈ ਹਮਾਰੇ ਕੋ ਚਤੁਰਮਾਸ ਚਾਹੀਏ ਬਸ ਜਿਸਕਾ ਦੇਣਾ ਹੋ ਸੰਤੋਂ ਕਾ ਦੋ ਸਾਧਵੀਓ ਕਾ ਦੋ ਕਿਸੀ ਕਾ ਵੀ ਦੋ ਦੇਣਾ ਹੋ ਤੋ ਦੇ ਦੋ ਨਹੀਂ ਦੇਣਾ ਹੋ ਤੋ ਆਪਕੀ ਮਰਜ਼ੀ ਲੇਕਿਨ ਉਨਕੀ ਅਰਜ਼ੀ ਯਹੀਂ ਪਰ ਰਹਿਤੀ ਹੈ ਔਰ ਪ੍ਰਵਰਤਕ ਆਸ਼ੀਸ਼ ਮੁਨੀ ਜੀ ਮਹਾਰਾਜ ਸਾਹਿਬ ਆਪਕੇ ਹੀ ਖੇਤਰ ਮੇਂ ਜਿਨ੍ਹੋਂਨੇ ਦੀਕਸ਼ਾ ਲਈ ਹੈ ਆਜ ਉੱਤਰ ਭਾਰਤ ਕੇ ਪ੍ਰਵਰਤਕ ਹੈ ਔਰ 550 ਸਾਧੂ ਸਾਧਵੀਓ ਕੇ ਅੰਦਰ ਪ੍ਰਮੁੱਖ ਹੈ ਆਪ ਲੋਕ ਇਹ ਅਰਜ਼ੀ ਪ੍ਰਵਰਤਕ ਸ਼੍ਰੀ ਜੀ ਕੇ ਚਰਣੋਂ ਮੇਂ ਰੱਖਣਾ ਔਰ ਪ੍ਰਵਰਤਕ ਸ਼੍ਰੀ ਜੀ ਅੱਛੇ ਸੇ ਅੱਛਾ ਚਤੁਰਮਾਸ ਆਪ ਲੋਕ ਕੋ ਪ੍ਰਦਾਨ ਕਰਨਗੇ ਔਰ ਮੁਜ਼ੱਫਰਨਗਰ ਸ਼ਹਿਰ ਕੀ ਇਹ ਵਿਸ਼ੇਸ਼ਤਾ ਹੈ ਵਹਾਂ ਪਰ ਘਰ ਤੋ ਥੋੜੇ ਹੈ ਲੇਕਿਨ ਉਪਸਥਿਤੀ 100% ਰਹਿਤੀ ਹੈ ਪ੍ਰਤੇਕ ਪਰਿਵਾਰ ਕੀ ਵੋ ਸਭਸੇ ਬੜੀ ਬਾਤ ਹੈ ਔਰ ਜਿਨ ਜਿਨਕਾ ਵੀ ਚਤੁਰਮਾਸ ਹੁਆ ਸਾਰੇ ਸਾਧੂ ਸਾਧਵੀ ਬਹੁਤ ਖੁਸ਼ ਰਹਿਤੇ ਹੈ ਬਹੁਤ ਪ੍ਰਸੰਨ ਰਹਿਤੇ ਹੈ ਬੜਾ ਪ੍ਰੇਮ ਹੈ ਬੜੀ ਸਦਭਾਵਨਾ ਕਾ ਵਾਤਾਵਰਣ ਹੈ ਤੋ ਆਪ ਲੋਕ ਕੀ ਇਹ ਸਦਭਾਵਨਾ ਆਪ ਲੋਕ ਕੀ ਇਹ ਗੁਰੂ ਭਗਤੀ ਆਪ ਲੋਕ ਕਾ ਗੁਰੂ ਨਿਹਾਲ ਪਰਿਵਾਰ ਕੇ ਸਾਥ ਜੋ ਪਾਰਿਵਾਰਿਕ ਸੰਬੰਧ ਹੈ ਇਸਕੇ ਲੀਏ ਸਭ ਕੋ ਹਮ ਬਹੁਤ ਬਹੁਤ ਮੰਗਲ ਕਾਮਨਾਏ ਦੇਤੇ ਹੈ ਬਹੁਤ ਬਹੁਤ ਸਦਭਾਵਨਾਏ ਦੇਤੇ ਹੈ ਪ੍ਰਵਰਤਕ ਸ਼੍ਰੀ ਜੀ ਕੇ ਚਰਣੋਂ ਮੇਂ ਆਪ ਲੋਕ ਆਪਣੀ ਬਿਨਤੀ ਅਰਜ ਕਰੇਂਗੇ ਪ੍ਰਵਰਤਕ ਸ਼੍ਰੀ ਜੀ ਜ਼ਰੂਰ ਆਪਕੀ ਭਾਵਨਾਓ ਕਾ ਧਿਆਨ ਰੱਖੇਂਗੇ ਇਨ੍ਹੀਂ ਮੰਗਲ ਕਾਮਨਾਓ ਕੇ ਸਾਥ ਗੁਰੂਦੇਵ ਕੀ ਤਰਫ ਸੇ ਮੰਗਲ ਪਾਠ ਦੇ ਰਹੇ ਹੈ ਸ਼੍ਰੀ ਜਤਾਰਿ ਮੰਗਲਮ ਅਰਿਹੰਤਾ ਮੰਗਲਮ ਸਿੱਧਾ ਮੰਗਲਮ ਸਾਹੁ ਮੰਗਲਮ ਕੇਵਲੀ ਪ੍ਰਣਤੋ ਧੰਮੋ ਮੰਗਲਮ ਚਤਾਰਿ ਲਘੁਤਮ ਅਰਿਹੰਤਾ ਲਘੁਤਮ ਸਿੱਧਾ ਲਘੁਤਮ ਸਾਹੁ ਲਘੁਤਮ ਕੇਵਲੀ ਪ੍ਰਣਤੋ ਧੰਮੋ ਲਘੁਤਮੋ ਚਤਾਰਿ ਸ਼ਰਣੰ ਪਵਜਾਮਿ ਅਰਿਹੰਤੇ ਸ਼ਰਣੰ ਪਵਜਾਮਿ ਸਿੱਧੇ ਸ਼ਰਣੰ ਪਵਜਾਮਿ ਸਾਹੁ ਸ਼ਰਣੰ ਪਵਜਾਮਿ ਕੇਵਲੀ ਪ੍ਰਣਤਮ ਧੰਮਮ ਸ਼ਰਣੰ ਪਵਜਾਮਿ ਏ ਚਾਰ ਸ਼ਰਣ ਦੁਖ ਹਰਣ ਜਗਤ ਮੇ ਔਰਨ ਸ਼ਰਣ ਕੋਈ ਹੋਗਾ ਜੋ ਅਜਰ ਅਮਰ ਪਦ ਹੋਗਾ ਉਸ ਕਾ ਸਦਾ ਹੀ ਮੰਗਲ ਹੋ।